ਸਾਰਾ ਯੂਥ ਜਿਹੜਾ ਇਕੱਠਾ ਹੋ ਕੇ ਸਾਰੇ ਜਾ ਰਹੇ ਜਲਗਮੋਚ ਜੀ ਲੈ ਕੇ ਆਏ ਨੇ ਜੀ, ਰਾਜਪੁਰੇ ਤੋਂ ਲੈ ਕੇ ਆਏ ਨੇ ਇਕੱਠੇ ਕਰਕੇ ਸਾਰਾ ਸ਼ਰਮ ਧੱਕਾਸ਼ਾਹੀ ਕਰ ਰਹੇ ਨੇ। ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਵਾਰਡ ਆ, ਇੱਥੇ ਫੇਰ ਮੰਨਦੇ ਹੋ ਵੀ ਫੇਰ ਹੋਣੀ ਚਾਹੀਦੀ ਸੀ? ਇਹ ਫੇਰ ਹੋਣੀ ਚਾਹੀਦੀ ਸੀ। ਦਰਅਸਲ ਨਾ ਇਹਨਾਂ ਨੇ ਜਦੋਂ ਸਾਡਾ ਜਿਵਨੀ ਚੋਣ ਹੋਇਆ ਸੀ ਭਗਵਾਨ ਦਾਸ ਜੀ ਨੇ ਚਾਹੀ ਲੜੇ ਸੀਗੇ, ਕਿਉਂਕਿ ਉਹ ਭਗਵਾਨ ਦਾਸ ਜੀ ਨੇ ਐਸੀ ਸ਼ਖਸੀਅਤ ਨੇ ਜਿਹਨਾਂ ਨੇ ਆਪਣੇ ਵੱਲੋਂ ਪੈਸੇ ਲਾ ਕੇ 80,000 ਰੁਪਏ ਸ੍ਰੀ ਬੂਟਾ ਲਾਇਆ, ਸਾਰਾ ਇੰਨਾ ਅੱਛੇ ਕੰਮ ਕਰਦੇ ਨੇ, ਬੈਂਚ ਦਿੱਤੇ ਨੇ ਅਤੇ ਉਹ ਇਸੇ ਵਾਰਡ ਦੇ ਵਿੱਚੋਂ ਪਹਿਲਾਂ ਉਹ 3 ਬੂਥ ਮਹਾਰਾਣੀ ਸਾਹਿਬ ਹਾਰੇ ਸੀ, ਇੱਥੋਂ 3 ਬੂਥ ਤੁਸੀਂ ਜਿੱਤੇ ਸੀਗੇ। ਹੁਣ ਉਹਨਾਂ ਨੂੰ ਇਹ ਘਬਰਾਹਟ ਪਈ ਹੋਈ, ਅੱਜ ਉਹਨਾਂ ਅਸੀਂ ਮਹਿਲ ਦੇ ਬੰਦੇ ਨੇ ਸਾਡੇ ਪਹਿਲਾਂ ਪੋਲਿੰਗ ਜੱਟ ਚੱਕੇ ਸਾਰੇ ਸਵੇਰੇ, ਅਤੇ ਰਾਤੀ ਸਾਡੇ ਬੰਦੇ ਜਿਹੜੇ ਸਾਡੇ ਸਪੋਰਟਰ ਸੀਗੇ ਉਹਨਾਂ ਨੂੰ ਘਰੋਂ ਚੱਕਿਆ ਗਿਆ, ਨਜ਼ਰਬੰਦ ਕੀਤਾ ਗਿਆ, ਸਾਡੇ ਸ਼ਹਿਰੀ ਪ੍ਰਧਾਨ ਹੈ ਵਿੱਕੀ ਰਿਵਾਜ ਉਹਨੂੰ ਚੱਕ ਲਿਆ ਗਿਆ। ਇਹ ਇਸ ਤਰ੍ਹਾਂ ਵੋਟਾਂ ਨਹੀਂ ਪੈਂਦੀਆਂ ਭਾਅ ਜੀ, ਬਹੁਤ